ਫਰੀਦਕੋਟ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਦੁਕਾਨਾਂ ਦੇ ਨਾਲ ਟਕਰਾ ਜਾਣ ਕਾਰਨ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਤੇਜ਼ ਰਫ਼ਤਾਰ ਬੱਸ ਨੇ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਸੰਬੰਧੀ ਚਸ਼ਮਦੀਦਾ ਨੇ ਦੱਸਿਆ ਕਿ ਬੱਸ ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਬੱਸ ਆਪਣੇ ਸਮੇਂ ਤੋਂ ਲੇਟ ਹੋਣ ਕਾਰਨ ਬਹੁਤ ਤੇਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਸੀ। ਇਸ ਪ੍ਰਕਾਰ ਜ਼ੀਰਾ ਤਲਵੰਡੀ ਰੋਡ ਤੇ ਪਹੁੰਚ ਕੇ ਬੱਸ ਬੇਕਾਬੂ ਹੋ ਕੇ ਦੁਕਾਨਾਂ ਵਿੱਚ ਟਕਰਾ ਗਈ। ਇਸ ਸੜਕ ਹਾਦਸੇ ਵਿੱਚ ਇੱਕ ਦੁਕਾਨਦਾਰ ਬੱਸ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ। ਮੁਦਕੀ ਤੋਂ ਆ ਕੇ ਚੜ੍ਹਦੇ ਹਾਂ, ਗਿੱਲ ਪਿੰਡ ਤੋਂ ਆ ਕੇ ਮੁਦਕੀ ਤੋਂ ਆ ਕੇ ਅਸੀਂ ਚੜ੍ਹਦੇ ਹਾਂ ਉੱਥੇ ਜੀ। ਜਦੋਂ ਅਸੀਂ ਮੁਦਕੀ ਅੱਡੇ ਤੋਂ ਬੱਸ ਫੜੀ ਆ ਜੀ, ਉੱਥੋਂ ਹੀ ਜੰਮੂ ਅੱਡੇ 'ਚੋਂ ਅਸੀਂ ਬੈਠੇ ਹਾਂ, ਮੂਹਰਲੀ ਸੀਟ 'ਤੇ ਅਸੀਂ ਬੈਠੇ ਹਾਂ। ਪਹਿਲਾਂ ਵੱਡੇ ਸ਼ੀਸ਼ੇ ਨਾਲ ਬੇਟੀ ਬੈਠੀ ਹੈ, ਇਹਦੇ ਨਾਲ ਮੈਂ ਬੈਠੀ ਹਾਂ। ਉਹ ਤੋਂ ਨਾਲ ਸਾਡੇ ਗੁੜੀਆ ਹੋਰ ਸੀ ਵਿਚਾਰੀ ਬੈਠੀ ਸੀਗੀ, ਬੈਠੀ ਸੀ ਉੱਥੋਂ ਜੀ। ਨਾਲ ਇੱਕ ਮੁੰਡਾ ਸੀਟ 'ਤੇ ਬੈਠਾ, ਨਾਲ ਕਨੈਕਟਰ ਹੋਇਆ ਕੀ ਹੋਇਆ ਜੀ, ਉਹ ਬੱਸ ਦਾ ਕਹਿੰਦੇ ਸੀ ਵੀ ਸਾਡਾ ਟਾਈਮ ਘੱਟ ਆ, ਕਨੈਕਟਰ ਨੂੰ ਕਹੀ ਜਾਂਦੇ ਸੀ ਬੱਸ ਜਿੰਨੀ ਭਜਾਈ ਦੀ ਅਤੇ ਰਫ਼ਤਾਰ ਪੂਰੀ ਲਈ ਚੱਲ, ਪੂਰੀ ਰਫ਼ਤਾਰ ਦੀ। ਉਦੋਂ ਉਹਨਾਂ ਨੇ ਡਰਾਈਵਰ ਦਾ ਖਹਿੜਾ ਨਹੀਂ ਛੱਡਿਆ। ਜਦ ਅਸੀਂ ਰਟੋਲ ਪਿੰਡ ਪਹੁੰਚੇ ਆ, ਪਹੁੰਚੇ ਆ ਉੱਥੇ ਆ ਕੇ ਡਰਾਈਵਰ ਨੇ ਇੰਨਾ ਬਿਆਨ ਦਿੱਤਾ, ਕਹਿੰਦਾ ਯਾਰ ਇਹ ਬੱਸ ਆ ਭਜਾਈ ਤਾਂ ਹੈ ਨਹੀਂ ਗਾ, ਵੀ ਜਿੰਨੀ ਮੇਰਾ ਜੋਗਾ ਮੈਂ ਬੱਸ ਭਜਾਈ ਜਾਂਦਾ, ਤੁਹਾਡੇ ਟਾਈਮ 'ਤੇ ਬੱਸ ਪਹੁੰਚਾ ਦਊਗਾ। ਜਦ ਜੀ ਅਸੀਂ ਇੱਥੋਂ ਬਾਈਪਾਸ ਤੋਂ ਨੀਚੇ ਉਤਰੇ ਆ, ਉਤਰੇ ਉਦੋਂ ਵੀ ਬੱਸ ਮੋੜ ਲੱਗਿਆ ਡੋਲੀ। ਜਦੋਂ ਅਸੀਂ ਅੱਗੇ ਹੁਣ ਜਿੱਥੇ ਐਕਸੀਡੈਂਟ ਹੋਇਆ, ਇੱਥੇ ਗਾਂ ਖੜੀ ਸੀ ਵਿਚਾਲੇ, ਉਹ ਗਾਂ ਨੂੰ ਹਾਰਨ ਦਿੱਤਾ, ਗਾਂ ਪਾਸੇ ਹੋਈ ਤੇ ਇਹਨਾਂ ਨੇ ਨਾ ਜਕਦਮ ਗਾਂ ਤੋਂ ਵੱਟੀ ਬੱਸ। ਜਦੋਂ ਗਾਂ ਤੋਂ ਬੱਸ ਜਕ ਤੇਜ਼ ਬੱਸ ਦੀ ਗਾਂ ਤੋਂ ਬੱਸ ਵੱਟੀ, ਡਰਾਈਵਰ ਦੇ ਜੀ ਹੱਥ ਛੁੱਟ ਗਏ ਅਤੇ ਬੱਸ ਹਾਂਜੀ ਅਸੀਂ ਜਮਾਂ ਪੂਰੀ ਸੀਟ 'ਤੇ ਬੈਠੇ ਹਾਂ, ਸ਼ੀਸ਼ੇ ਨਾਲ ਬੇਟੀ ਬੈਠੀ ਆ, ਉਦੋਂ ਨਾਲ ਮੈਂ ਬੈਠੀ ਆ। ਬਸ ਬਸ ਸੱਟਾਂ ਜੀ, ਇੱਕ ਤਾਂ ਵੀ ਇੱਥੇ ਆ ਅਤੇ ਤੁਹਾਡੇ ਨਾਲ ਹੋਰ ਵੀ ਕਿਸ ਵਾਰੀਆਂ ਜ਼ਖਮੀ ਹੋਈਆਂ? ਡਰਾਈਵਰ ਡਾਇਰੈਕਟਰ ਨੂੰ ਮੈਂ ਰੈਸਟ ਕਰਕੇ ਉੱਥੇ ਬੰਦੀ ਕਰ ਰਹੀ ਹਾਂ।